40 ਦਿਨਾਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੇ ਸਵੀਕਾਰ ਕੀਤਾ ਹੈ। ਮੈਂ ਸਮਝਣਾ 43 ਦਿਨ ਪੰਜਾਬ ਦੀ ਜਨਤਾ ਝੋਨੇ ਦਾ ਸੀਜ਼ਨ ਹੋਵੇ, ਬਿਜਾਈ ਕਰਨੀ ਹੋਵੇ ਤੇ ਬਿਜਲੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉੱਥੇ ਬਿਠਾ ਨਹੀਂ ਪਾਈ। 43 ਦਿਨ ਇੱਕ ਮੰਤਰੀ ਦੀ ਕੁਰਸੀ ਖਾਲੀ ਰਹੀ, ਡਿਪਾਰਟਮੈਂਟ, ਮੁੱਖ ਮੰਤਰੀ ਸਭ ਲੋਕ ਇੰਤਜ਼ਾਰ ਕਰਦੇ ਰਹੇ ਕਿ ਰਾਹੁਲ ਗਾਂਧੀ ਦੇ ਦੁਲਾਰੇ, ਪ੍ਰਿਯੰਕਾ ਗਾਂਧੀ ਦੇ ਦੁਲਾਰੇ ਨਵਜੋਤ ਸਿੰਘ ਕਦੋਂ ਪੰਜਾਬ ਦੀ ਕੈਬਨਿਟ ਦੀ ਕੁਰਸੀ ਸੰਭਾਲਣਗੇ। ਮੈਂ ਸਮਝਣਾ ਦੁਰਭਾਗਯ ਹੈ ਕਿ ਪੰਜਾਬ ਦੇ ਅੰਦਰ ਇੱਕ ਐਸਾ ਦੌਰ ਰਿਹਾ ਕਿ ਜਦੋਂ ਮੁੱਖ ਮੰਤਰੀ ਦਲੀਜ਼ਾਂ 'ਚ ਤੇਲ ਪਾ ਕੇ ਇੰਤਜ਼ਾਰ ਕਰ ਰਿਹਾ ਕਿ ਕਦੋਂ ਕੈਬਨਿਟ ਮਿਨਿਸਟਰ ਆਏਗਾ। 43 ਦਿਨ ਦੇ ਨਿਰਣੇ, 43 ਦਿਨ ਦੀ ਤਨਖਾਹ, 43 ਦਿਨ ਗੱਡੀ ਕੋਠੀ ਦਾ ਪ੍ਰਯੋਗ, 43 ਦਿਨ ਅਮਲਾ ਜਮਲਾ ਜਿਹੜਾ ਇੱਕ ਕੈਬਨਿਟ ਮਿਨਿਸਟਰ ਦੀ ਇੰਤਜ਼ਾਰ 'ਚ ਬੈਠਾ ਰਿਹਾ। ਅਸੀਂ ਕਿਹੜੇ ਪੰਜਾਬ ਵੱਲ ਨੂੰ ਪੰਜਾਬ ਨੂੰ ਤੋਰ ਰਹੇ ਹਾਂ? ਪੰਜਾਬ ਦੀ ਤਰੱਕੀ ਕਦੋਂ ਹੋਏਗੀ? ਪੰਜਾਬ ਦੇ ਜਦੋਂ ਮੰਤਰੀ ਹੀ ਐਸੇ ਖਰਚੇ ਪਾ ਕੇ ਪੰਜਾਬ ਦਾ ਫਾਈਨੈਂਸ਼ੀਅਲ ਡੈਫੀਸਿਟ 'ਚ ਲਿਜਾ ਰਹੇ? ਮੈਂ ਸਮਝਦਾ ਇਹ ਦਬਾਅ 'ਚ ਲਿੱਤਾ ਗਿਆ, ਕੈਪਟਨ ਅਮਰਿੰਦਰ ਸਿੰਘ ਦਾ ਦੇਰੀ ਨਾਲ ਲਿੱਤਾ ਗਿਆ ਫੈਸਲਾ। ਪਹਿਲੇ ਦਿਨ ਹੀ ਇਹ ਫੈਸਲਾ ਲੈਣਾ ਚਾਹੀਦਾ ਸੀ ਤਾਂ ਕਿ ਪੰਜਾਬ ਦੀ ਜਨਤਾ ਨੂੰ ਰਾਹਤ ਮਿਲ ਸਕੇ। ਔਰ ਮੈਂ ਸਮਝਦਾ ਨਵਜੋਤ ਸਿੰਘ ਸਿੱਧੂ ਦਾ ਅਧਿਆਇ ਸਮਾਪਤ ਹੈ। ਹੁਣ ਉਹਨੂੰ ਰਾਹੁਲ ਗਾਂਧੀ ਕੇਂਦਰ 'ਚ ਕੋਈ ਪਦ ਦੇਣ, ਜਿੱਥੇ ਮਰਜ਼ੀ ਪਦ ਦੇਣ, ਲੇਕਿਨ ਪੰਜਾਬ ਦੀ ਜਨਤਾ ਤੋਂ ਐਸੇ ਮੰਤਰੀ ਔਰ ਐਸੇ ਮੁੱਖ ਮੰਤਰੀ ਜਿਹੜੇ ਆਪਸ 'ਚ ਲੜਾਈ 'ਚ ਪਏ ਨੇ, ਉਹਨਾਂ ਤੋਂ ਛੁਟਕਾਰਾ ਮਿਲਿਆ। ਔਰ ਮੈਂ ਸਮਝਦਾ ਪੰਜਾਬ ਦੀ ਕੈਬਨਿਟ ਜਿਹਨੂੰ ਇੱਕਮੁੱਠ ਹੋਣਾ ਚਾਹੀਦਾ, ਕਿਉਂਕਿ ਮੁੱਖ ਮੰਤਰੀ ਦਾ ਕੰਮ ਹੈ ਕਿ ਸਾਰੀ ਕੈਬਨਿਟ ਨੂੰ ਲੈ ਕੇ ਚੱਲਣਾ। ਲੇਕਿਨ ਅੱਜ ਦੋਨਾਂ ਦੇ ਵਿੱਚ ਜਿੰਨੀ ਵੱਡੀ ਵਾੜ ਪੈ ਗਿਆ, ਮੰਤਰੀ ਮੁੱਖ ਮੰਤਰੀ ਦਾ ਕਹਿਣਾ ਨਹੀਂ ਮੰਨਦੇ, 43 ਦਿਨ ਹਾਜ਼ਰ ਨਹੀਂ ਹੁੰਦੇ, ਐਸੀ ਸਥਿਤੀ ਦੇ ਅੰਦਰ ਅੱਜ ਅਸਤੀਫਾ ਆਉਣਾ ਇੱਕ ਰਾਹਤ ਹੈ ਪੰਜਾਬੀਆਂ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇਰ ਨਾਲ ਸੁੱਤੀ ਪਈ ਸੀ, ਦੇਰ ਨਾਲ ਹੀ ਸਹੀ ਦਬਾਅ ਕਾਰਨ ਰੁਕੀ ਪਈ ਸੀ, ਪਰ ਅੱਜ 43 ਦਿਨਾਂ ਬਾਅਦ ਇਹ ਫੈਸਲਾ ਆਇਆ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।